ਸਤਿ ਸ਼੍ਰੀ ਅਕਾਲ ਜੀ, ਹੋਪ ਯੂ ਆਲ ਆਰ ਡੂਇੰਗ ਵੈਲ। ਖੁਸ਼ੀਆਂ ਦਾ ਵੇਲਾ ਅਤੇ ਆਪਾਂ ਹਲੇ ਵੀ ਕਨਫਿਊਜ਼ ਬੈਠੇ ਹਾਂ, ਕਿਉਂ? ਸਾਨੂੰ ਪਤਾ ਹੀ ਨਹੀਂ ਕਿ ਅਸੀਂ ਵੈਡਿੰਗ 'ਤੇ ਕੀ ਪਾਈਏ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬੈਕ ਟੂ ਬੈਕ ਵੈਡਿੰਗ ਆਊਟਫਿਟਸ ਦੇ ਬਾਰੇ। ਤੁਹਾਡੇ ਘਰੇ ਵਿਆਹ, ਤੁਹਾਡੇ ਫਰੈਂਡ ਘਰੇ ਵਿਆਹ, ਜਾਂ ਤੁਹਾਡਾ ਆਪਣਾ ਵਿਆਹ ਆ ਨਾ, ਤੁਸੀਂ ਕਨਫਿਊਜ਼ ਹੈਗੇ ਹੋ ਜੇ, ਅੱਜ ਤੁਹਾਨੂੰ ਵੀਡੀਓ ਇਹ ਪ੍ਰੋਪਰ ਸੋਲਿਊਸ਼ਨ ਦਊਗੀ, ਤੁਹਾਡੀ ਸਾਰੀ ਪ੍ਰੋਬਲਮਸ ਨੂੰ ਬਿਲਕੁਲ ਈਜ਼ੀ ਕਰ ਦਊਗੀ। ਤੁਸੀਂ ਕੀ ਵੇਅਰ ਕਰੋਗੇ, ਤੁਹਾਡੇ 'ਤੇ ਕੀ ਬੈਸਟ ਸੂਟੇਬਲ ਹੋਊਗਾ, ਉਹਦਾ ਮਾਰਕੀਟ 'ਚ ਕੀ ਪ੍ਰਾਈਸ ਕੋਸਟ ਚੱਲ ਰਿਹਾ, ਉਹਦੇ ਡਿਜ਼ਾਈਨਸ ਬਾਰੇ ਗੱਲ ਕਰਾਂਗੇ ਅਸੀਂ। ਯਾਨੀ ਕਿ ਹਰ ਇੱਕ ਗੱਲ ਬਾਰੇ ਅਸੀਂ ਇਨ ਡਿਟੇਲ ਜਾਵਾਂਗੇ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਆਪਾਂ ਹਰ ਇੱਕ ਬੇਸਿਕਸ ਨੂੰ ਅੱਜ ਕਲੀਅਰ ਕਰਾਂਗੇ ਇਸ ਵੀਡੀਓ 'ਚ। ਲੈਟ ਸਟਾਰਟ ਟੂਡੇਜ਼ ਵੀਡੀਓ। ਸਭ ਤੋਂ ਪਹਿਲਾਂ ਆਪਾਂ ਇੱਕ ਡਾਊਟ ਅੱਜ ਕਲੀਅਰ ਕਰ ਦਿੰਦੇ ਹਾਂ ਕਿ ਸ਼ੇਰਵਾਨੀ ਅਤੇ ਅਚਕਨ ਵਿੱਚ ਕੀ ਡਿਫਰੈਂਸ ਹੁੰਦਾ, ਅਚਕਨ ਅਤੇ ਬੰਦ ਗਲਾ 'ਚ ਕੀ ਡਿਫਰੈਂਸ ਹੁੰਦਾ, ਬੰਦ ਗਲਾ ਅਤੇ ਨਹਿਰੂ ਜੈਕਟ 'ਚ ਕੀ ਹੁੰਦਾ। ਕਿਉਂਕਿ ਇਹ ਇੰਨਾ ਕੁ ਬੇਸਿਕ ਕੁਐਸਚਨ ਹੈ ਨਾ, ਆਪਾਂ ਨੂੰ ਹਾਲੇ ਤੱਕ ਵੀ ਇਹਦੀ ਕਲੈਰਿਟੀ ਨਹੀਂ ਹੈਗੀ, ਕਿਉਂਕਿ ਕਦੇ ਆਪਾਂ ਫੋਕਸ ਹੀ ਨਹੀਂ ਕੀਤਾ ਫੈਸ਼ਨ ਵੱਲ। ਬਟ ਮੈਂ ਜਦੋਂ ਬੈਠਾ ਤੁਹਾਡੇ ਕੋਲ, ਮੈਂ ਤੁਹਾਡੀ ਹਰ ਇੱਕ ਫੈਸ਼ਨ ਰਿਗਾਰਡਿੰਗ ਪ੍ਰੋਬਲਮ ਨੂੰ ਬਿਲਕੁਲ ਈਜ਼ੀ ਐਂਡ ਸੋਲਵ ਕਰਾਂਗਾ। ਸੋ ਲੈਟਸ ਸਟਾਰਟ ਵਿਦ ਆਰ ਫਸਟ ਪੁਆਇੰਟ, ਅਚਕਨ ਐਂਡ ਸ਼ੇਰਵਾਨੀ ਦਾ ਡਿਫਰੈਂਸ। ਸਭ ਤੋਂ ਪਹਿਲਾਂ ਅਸੀਂ ਕੰਪੇਅਰ ਕਰਦੇ ਹਾਂ ਸ਼ੇਰਵਾਨੀ ਅਤੇ ਅਚਕਨ ਨੂੰ। ਆਹ ਦੇਖੋ ਜੀ, ਆਹ ਹੈ ਸ਼ੇਰਵਾਨੀ ਅਤੇ ਆਹ ਹੈ ਅਚਕਨ। ਤੁਸੀਂ ਇੱਕ ਵਾਰੀ ਨੋਟਿਸ ਕਰੋ ਕਿ ਦੋਵਾਂ 'ਚ ਡਿਫਰੈਂਸ ਸਾਨੂੰ ਕੀ ਲੱਗ ਰਿਹਾ। ਨੋਟਿਸ ਕੀਤਾ ਨਾ? ਬਿਲਕੁਲ ਠੀਕ। ਸਭ ਤੋਂ ਪਹਿਲਾਂ ਅਸੀਂ ਨੋਟਿਸ ਕੀ ਕੀਤਾ ਕਿ ਸ਼ੇਰਵਾਨੀ ਉੱਤੇ ਕਿੰਨਾ ਜ਼ਿਆਦਾ ਐਮਬਰਾਇਡਰੀ ਅਤੇ ਹੈਂਡਵਰਕ ਕੀਤਾ ਹੋਇਆ। ਹੈਂਡਵਰਕ ਕਰਨ ਦੇ ਨਾਲ, ਐਮਬਰਾਇਡਰੀ ਕਰਨ ਦੇ ਨਾਲ ਸ਼ੇਰਵਾਨੀ ਦਾ ਵੇਟ ਵੱਧ ਜਾਂਦਾ। ਸ਼ੇਰਵਾਨੀ ਅਸੀਂ ਹਮੇਸ਼ਾ ਪ੍ਰੈਫਰ ਕਰਦੇ ਹਾਂ ਜਦੋਂ ਆਪਣਾ ਵਿਆਹ ਹੁੰਦਾ ਹੈ। ਔਨ ਦੀ ਅਦਰ ਹੈਂਡ ਜੇ ਅਸੀਂ ਗੱਲ ਕਰਦੇ ਹਾਂ ਅਚਕਨ ਦੀ, ਇਹਦੇ ਉੱਤੇ ਕੋਈ ਹੈਂਡਵਰਕ ਨਹੀਂ ਹੁੰਦਾ। ਵੈਸੇ ਅੱਜ ਕੱਲ੍ਹ ਟਰੈਂਡ ਆ ਗਿਆ, ਬਟ ਜਿਹੜੀ ਰੋਇਲਟੀ ਹੈ ਨਾ, ਉਹ ਹਮੇਸ਼ਾ ਪਲੇਨ ਉੱਤੇ ਹੀ ਸੂਟ ਕਰਦੀ ਹੈ। ਅੱਜ ਕੱਲ੍ਹ ਇੱਕ ਟਰੈਂਡ ਹੋਰ ਆ ਗਿਆ ਸ਼ੇਰਵਾਨੀ ਨੂੰ ਹੋਰ ਹੈਵੀ ਦਿਖਾਉਣ ਦੇ ਵਾਸਤੇ, ਉਹ ਕੀ ਆ, ਇਹਦੀ ਅੰਡਰ ਅਨਾਰਕਲੀ ਕੁੜਤਾ ਅਤੇ ਪਜਾਮੀ ਵੇਅਰ ਕੀਤੀ ਜਾਂਦੀ ਆ। ਹੈਵ ਅ ਲੁੱਕ ਐਟ ਦਿਸ ਵਨ। ਆਹ ਹੈ ਜੀ ਅਨਾਰਕਲੀ ਕੁੜਤਾ ਅਤੇ ਪਜਾਮੀ। ਡਿਪੈਂਡ ਕਰਦਾ ਕਿ ਅਸੀਂ ਥੱਲੇ ਧੋਤੀ ਵੇਅਰ ਕਰਨੀ ਆ ਜਾਂ ਪਜਾਮੀ ਵੇਅਰ ਕਰਨੀ ਆ। ਕੁਝ ਸਟੇਟਸ ਦੇ ਵਿੱਚ ਥੱਲੇ ਧੋਤੀ ਵੇਅਰ ਕਰਦੇ ਨੇ, ਬਟ ਆਪਣੇ ਪੰਜਾਬ ਸਾਈਡ ਅਸੀਂ ਹਮੇਸ਼ਾ ਟਰਾਈ ਕਰਦੇ ਹਾਂ ਕਿ ਅਸੀਂ ਵੇਅਰ ਕਰੀਏ ਪਜਾਮੀ। ਆਹ ਹੈ ਜੀ ਅਨਾਰਕਲੀ ਕੁੜਤਾ ਪਜਾਮੀ। ਇਹਦੇ ਉੱਤੇ ਅੱਜ ਕੱਲ੍ਹ ਇਸ ਤਰੀਕੇ ਦੇ ਨਾਲ ਸ਼ੇਰਵਾਨੀ ਨੂੰ ਵੇਅਰ ਕਰਨਾ ਸ਼ੁਰੂ ਕਰ ਦਿੱਤਾ, ਤਾਂ ਕਿ ਲੁੱਕ ਹੋਰ ਹੈਵੀ ਆਵੇ, ਹੋਰ ਡੋਮੀਨੇਟਿੰਗ ਆਵੇ ਅਤੇ ਆਪਾਂ ਹੋਰ ਸਪੈਸ਼ਲ ਲੱਗੀਏ। ਇਸ ਕਰਕੇ ਆਹ ਹੈ ਜੀ ਪੁਆਇੰਟ ਨੰਬਰ 2। ਔਨ ਦੀ ਅਦਰ ਹੈਂਡ ਜੇ ਅਸੀਂ ਗੱਲ ਕਰੀਏ ਅਚਕਨ ਦੀ, ਹਮੇਸ਼ਾ ਉਹ ਬਿਲਕੁਲ ਪਲੇਨ ਰਹੂਗਾ। ਹਾਂ, ਇੱਥੇ ਆਪਣੇ ਕੋਲ ਆਪਸ਼ਨਸ ਦੋ ਹੁੰਦੇ ਨੇ, ਜਾਂ ਆਪਾਂ ਅਚਕਨ ਦੇ ਨਾਲ ਥੱਲੇ ਪੇਅਰ ਕਰ ਲਈਏ ਪਜਾਮੀ ਨੂੰ, ਜਾਂ ਅਸੀਂ ਪੇਅਰ ਅਪ ਕਰਾਂਗੇ ਪੈਂਟਸ ਨੂੰ। ਇਸ ਤਰ੍ਹਾਂ ਦੀਆਂ ਪੈਂਟਸ ਹੋਣਗੀਆਂ ਜਾਂ ਫਿਰ ਪਜਾਮੀ ਹੋਊਗੀ। ਸੋ ਅਚਕਨ ਵਿੱਚ ਆਪਣੇ ਕੋਲ ਪਲੇ ਕਰਨ ਵਾਸਤੇ ਬਹੁਤ ਕੁਛ ਨਹੀਂ ਹੁੰਦਾ, ਬਟ ਹਮੇਸ਼ਾ ਉਹ ਸਿੰਪਲੀ ਹੀ ਵਿੱਚ ਉਹਦੇ ਕਲਾਸ ਲੱਗਦੀ ਆ। ਕੁਛ ਐਡ ਔਨ ਐਕਸਟਰਾ ਨਾ ਹੀ ਕਰੋ ਤਾਂ ਬੈਟਰ ਹੈ। ਪੁਆਇੰਟ ਨੰਬਰ 3, ਪਹਿਲਾਂ ਸ਼ੇਰਵਾਨੀ ਵਿੱਚ ਵੀ ਚੈਸਟ ਪੋਕਟ ਹੁੰਦੀ ਸੀਗੀ, ਪਹਿਲਾਂ ਦੀ ਗੱਲ ਆ, ਇਸ ਤੋਂ 2-3 ਸਾਲ। ਬਟ ਅੱਜ ਕੱਲ੍ਹ ਸ਼ੇਰਵਾਨੀ ਵਿੱਚ ਉਹ ਪੋਕਟ, ਚੈਸਟ ਪੋਕਟ ਨਹੀਂ ਹੁੰਦੀ, ਅਚਕਨ ਦੇ ਵਿੱਚ ਡੈਫੀਨੇਟਲੀ ਹੁੰਦੀ ਆ। ਵੈਸੇ ਆਪਣੀ ਇੱਛਾ ਹੁੰਦੀ ਕਿ ਅਸੀਂ ਰਖਵਾਉਣੀ ਆ ਕਿ ਨਹੀਂ ਰਖਵਾਉਣੀ ਹੈਗੀ, ਬਟ ਮੇਰੇ ਅਕੋਰਡਿੰਗਲੀ ਤੁਹਾਨੂੰ ਰਖਵਾਉਣੀ ਚਾਹੀਦੀ ਆ। ਲੁੱਕ ਉਹਨਾਂ ਥੋੜ੍ਹੀ ਜਿਹੀ ਹੋਰ ਵਧੀਆ ਆ ਜਾਂਦੀ। ਇਸ ਤਰੀਕੇ ਨਾਲ ਆਪਾਂ ਟਰਬਨ ਦੇ ਨਾਲ ਪੋਕਟ ਸਕਰ ਨੂੰ ਮੈਚ ਕਰਨ ਦਾ ਵੀ ਆਪਣੇ ਇੱਕ ਵਧੀਆ ਫੋਕਸ ਮਿਲ ਜਾਂਦਾ। ਡਿਫਰੈਂਸ ਨੰਬਰ 4 ਹੈਗਾ ਜੀ ਲੈਂਥ ਦਾ। ਸ਼ੇਰਵਾਨੀ ਦੀ ਲੈਂਥ ਹਮੇਸ਼ਾ ਲੰਬੀ ਹੋਊਗੀ ਕੰਪੇਅਰ ਟੂ ਅਚਕਨ। ਆਹ ਵੇਖੋ ਜੀ, ਆਹ ਹੈਗੀ ਹੈ ਸ਼ੇਰਵਾਨੀ। ਸ਼ੇਰਵਾਨੀ ਦੀ ਲੈਂਥ ਹਮੇਸ਼ਾ ਆਪਣੇ ਨੀਜ਼ ਤੋਂ ਵੀ ਥੱਲੇ ਤੱਕ ਜਾਊਗੀ। ਵੇਖੋ ਇੰਨੀ ਲੈਂਥ ਲੰਬੀ ਅਚਕਨ ਹੋਣ ਲੱਗ ਗਈ ਆ ਸ਼ੇਰਵਾਨੀ ਦੀ। ਜੇ ਅਸੀਂ ਗੱਲ ਕਰੀਏ ਅਚਕਨ ਦੀ, ਔਨ ਦੀ ਅਦਰ ਹੈਂਡ ਅਚਕਨ ਦੀ ਲੈਂਥ ਹਮੇਸ਼ਾ ਆਪਣੇ ਨੀਜ਼ ਤੱਕ ਜਾਂ ਹਲਕੀ ਜਿਹੀ ਉਸ ਤੋਂ ਉੱਪਰ ਹੋਊਗੀ। ਯਾਨੀ ਕਿ ਅਬਵ ਨੀਜ਼ ਔਰ ਨੀਜ਼ ਲੈਂਥ ਤੱਕ, ਅਤੇ ਸ਼ੇਰਵਾਨੀ ਹਮੇਸ਼ਾ ਬਿਲੋ ਨੀਜ਼ ਹੋਊਗੀ। ਇਸ ਗੱਲ ਦਾ ਵੀ ਡਿਫਰੈਂਸ ਪਤਾ ਲੱਗਦਾ ਆਪਾਂ ਨੂੰ ਸ਼ੇਰਵਾਨੀ ਦਾ ਅਤੇ ਅਚਕਨ ਦਾ। ਹਲੇ ਪੁਆਇੰਟਸ ਬਹੁਤ ਸਾਰੇ ਨੇ, ਆਪਾਂ ਡਿਟੇਲ 'ਚ ਜਾਵਾਂਗੇ, ਬਟ ਆਪਾਂ ਟਰਾਈ ਕਰਾਂਗੇ ਕਿ ਵੀਡੀਓ ਨੂੰ ਬਹੁਤ ਲੰਬੀ ਨਾ ਖਿੱਚੀਏ ਅਤੇ ਪਾਰਟ 2 ਵੀ ਲੈ ਕੇ ਆਈਏ। ਡਿਫਰੈਂਸ ਨੰਬਰ 4 ਬਿਟਵੀਨ ਸ਼ੇਰਵਾਨੀ ਐਂਡ ਅਚਕਨ ਇਜ਼, ਸ਼ੇਰਵਾਨੀ ਹਮੇਸ਼ਾ ਇੱਕ ਫਲੇਅਰ ਵਿੱਚ ਆਊਗੀ ਇਸ ਤਰੀਕੇ ਨਾਲ, ਉੱਤੋਂ ਥੋੜ੍ਹੀ ਟਾਈਟ, ਥੱਲੋਂ ਆ ਕੇ ਹਲਕੀ ਹਲਕੀ ਖੁੱਲ੍ਹਣੀ ਸ਼ੁਰੂ ਹੋ ਜਾਊਗੀ, ਤਾਂ ਕਿ ਥੱਲੇ ਆਪਾਂ ਉਹਦੇ ਕੁਛ ਲੇਅਰ ਅਪ ਅਤੇ ਪੇਅਰ ਅਪ ਕਰ ਸਕੀਏ। ਵੇਖੋ ਕਿਸ ਤਰੀਕੇ ਨਾਲ ਥੋੜ੍ਹੀ ਜਿਹੀ ਫਲੇਅਰ ਟਾਈਪਸ ਆ ਰਹੀ ਆ। ਜੇ ਅਸੀਂ ਗੱਲ ਕਰੀਏ ਅਚਕਨ ਦੀ, ਉਹ ਹਮੇਸ਼ਾ ਇੱਕ ਬੋਡੀ ਫਿੱਟ ਸਟਰੇਟ ਵਿੱਚ ਆਊਗਾ ਇਸ ਤਰੀਕੇ ਨਾਲ, ਹਮੇਸ਼ਾ ਇੱਕ ਸਟਰੇਟ ਪੋਰਸ਼ਨ ਵਿੱਚ। ਨੰਬਰ 6 ਅਸੀਂ ਗੱਲ ਕਰਦੇ ਹਾਂ ਸ਼ੇਰਵਾਨੀ ਹਮੇਸ਼ਾ ਐਂਡ ਵਨ ਐਂਡ ਓਨਲੀ ਜਿਹਦਾ ਵਿਆਹ, ਗਰੂਮ ਜਿਹੜਾ ਹੈਗਾ, ਸਿਰਫ ਅਤੇ ਸਿਰਫ ਜਿਹਦਾ ਵਿਆਹ ਉਹੀ ਵੇਅਰ ਕਰੂਗਾ। ਔਨ ਦੀ ਅਦਰ ਹੈਂਡ ਅਚਕਨ ਹਮੇਸ਼ਾ ਵੇਅਰ ਕਰ ਸਕਦਾ ਜਿਹਦਾ ਵਿਆਹ, ਓਬਵੀਅਸਲੀ ਉਹ ਤਾਂ ਕਰ ਸਕਦਾ, ਬਟ ਉਸ ਤੋਂ ਇਲਾਵਾ ਜਿਹੜੇ ਘਰ ਦੇ ਖਾਸ ਮੈਂਬਰਸ ਨੇ ਜਿਵੇਂ ਡੈਡ,
ਭਰਾ ਹੋ ਗਏ, ਇਹ ਸਾਰੇ ਜੇ ਇੱਕ ਥੀਮ ਬਣਾਉਣਗੇ ਅਚਕਨ ਦੇ ਨਾਲ ਤਾਂ ਫੋਟੋ ਬਹੁਤ ਸੋਹਣੀ ਆਊਗੀ ਅਤੇ ਦੂਰੋਂ ਪਤਾ ਲੱਗੂਗਾ ਕਿ ਅੱਛਾ 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 ਇਹ ਹੈ ਜੀ ਖਾਸ ਫੈਮਿਲੀ ਮੈਂਬਰਸ ਜਿਹਨਾਂ ਦਾ ਵਿਆਹ ਹੈ ਅੱਜ। ਸੋ ਤੁਸੀਂ ਟਰਾਈ ਕਰੋ, ਜੇ ਤੁਸੀਂ ਫੈਮਿਲੀ ਫੰਕਸ਼ਨ ਕੋਈ ਰੱਖ ਰਹੇ ਹੋ, ਤੁਹਾਡੇ ਘਰ ਕੋਈ ਵਿਆਹ ਆ, ਆਪਣੇ ਵੱਧ ਭਰਾ ਨੇ, ਤੁਸੀਂ ਹਮੇਸ਼ਾ ਡੈਡ ਨੂੰ ਵੀ ਇੰਕਲੂਡਿੰਗ ਕਰਕੇ ਇੱਕ ਵਧੀਆ ਜੀ ਥੀਮ ਬਣਾ ਕੇ ਫਿਰ ਤੁਸੀਂ ਵੈਡਿੰਗ ਨੂੰ ਪਲੈਨ ਕਰੋ। ਉਹਨਾਂ ਕੀ ਹੈ ਸਪੈਸ਼ਲ ਲੱਗੂਗਾ, ਦੂਰੋਂ ਚਮਕ ਆਊਗੀ ਕਿ ਅੱਛਾ ਇਹ ਨੇ ਖਾਸ ਖਾਸ ਫੈਮਿਲੀ ਦੇ ਮੈਂਬਰਸ। ਵੈਡਿੰਗ ਆਊਟਫਿਟ ਕੋਈ ਵੀ ਹੋਵੇ, ਚਾਹੇ ਅਚਕਨ, ਬੰਦ ਗਲਾ, ਸ਼ੇਰਵਾਨੀ, ਤੁਸੀਂ ਇਹਨੂੰ ਰੈਂਟ 'ਤੇ ਵੀ ਲੈ ਸਕਦੇ ਹੋ ਅਤੇ ਪ੍ਰੋਪਰਲੀ ਸਟਿਚ ਕਰਵਾ ਸਕਦੇ ਹੋ ਕਿਸੇ ਟੇਲਰ ਜਾਂ ਡਿਜ਼ਾਈਨਰ ਤੋਂ। ਜਿਹੜੀ ਸ਼ੇਰਵਾਨੀ ਆ ਉਹ ਲਾਈਫ ਵਿੱਚ ਸਿਰਫ ਇੱਕ ਵਾਰੀ ਪੈਣੀ ਆ, ਓਨਲੀ ਵਿਆਹ ਵਾਲੇ ਦਿਨ ਦੁਬਾਰਾ ਨਹੀਂ ਪੈਣੀ ਮੁੜ ਕੇ, ਉਹ ਤੁਹਾਡੀ ਉੱਥੇ ਆਪਣੀ ਇੱਛਾ। ਬਟ ਜੇ ਗੱਲ ਕਰਾਂ ਅਚਕਨ ਦੀ, ਅਚਕਨ ਟਰਾਈ ਕਰੋ ਹਮੇਸ਼ਾ ਤੁਸੀਂ ਪਲੇਨ ਵੱਲ ਜਾਓ। ਫਾਇਦਾ ਕੀ ਆ, ਅਚਕਨ ਨੂੰ ਅਸੀਂ ਵਾਰ ਵਾਰ ਕਿਸੇ ਨਾ ਕਿਸੇ ਸਪੈਸ਼ਲ ਓਕੇਜ਼ਨ 'ਤੇ ਵੇਅਰ ਕਰ ਸਕਦੇ ਹਾਂ, ਫੈਮਿਲੀ ਫੰਕਸ਼ਨ 'ਤੇ ਜਾਂ ਕਿਸੇ ਫਰੈਂਡ ਦੇ ਫੰਕਸ਼ਨ 'ਤੇ। ਇਟ ਕੈਨ ਬੀ ਵੇਅਰਡ ਸੈਵਰਲ ਟਾਈਮਸ, ਹਰ ਰੋਜ਼ ਤਾਂ ਅਸੀਂ ਡੈਫੀਨੇਟਲੀ ਵੇਅਰ ਨਹੀਂ ਕਰ ਸਕਦੇ ਇਸ ਚੀਜ਼ ਨੂੰ, ਕਿਉਂਕਿ ਓਬਵੀਅਸਲੀ ਇੱਕ ਸਪੈਸ਼ਲ ਓਕੇਜ਼ਨਲ ਡਰੈਸ ਹੈ ਵਾਲੀ। ਬਟ ਯੈਸ, ਆਪਾਂ ਇਹਨੂੰ ਕਿਸੇ ਨਾ ਕਿਸੇ ਓਕੇਜ਼ਨ 'ਤੇ ਵਾਰ ਵਾਰ ਵੇਅਰ ਕਰ ਸਕਦੇ ਹਾਂ, ਵਿਦ ਡਿਫਰੈਂਟ ਟਰਬਨ, ਡਿਫਰੈਂਟ ਪੈਂਟ, ਡਿਫਰੈਂਟ ਸ਼ੂਜ਼, ਡਿਫਰੈਂਟ ਵਾਚ ਨਾਲ। ਸੋ ਟਰਾਈ ਕਰੋ, ਤੁਸੀਂ ਅਚਕਨ ਹਮੇਸ਼ਾ ਸਟਿਚ ਕਰਵਾਓ, ਐਂਡ ਸ਼ੇਰਵਾਨੀ ਤੁਹਾਡੀ ਆਪਣੀ ਆਪਸ਼ਨ ਹੈ, ਰੈਂਟ 'ਤੇ ਜਾਂ ਸਟਿਚ ਕਰਵਾਉਣੀ। ਨਾਓ ਜੇ ਮੈਂ ਗੱਲ ਕਰਾਂ ਇਹਦੇ ਪ੍ਰਾਈਸ ਦੇ ਬਾਰੇ, ਓਬਵੀਅਸਲੀ ਗੱਲ ਆ, ਦੇਖੋ ਸ਼ੇਰਵਾਨੀ ਹੈਵੀ ਵਰਕ ਕੀਤਾ ਗਿਆ, ਐਮਬਰਾਇਡਰੀ ਆ, ਹੈਵੀ ਚੀਜ਼ ਆ, ਜਿਹਦਾ ਵਿਆਹ ਆ ਓਬਵੀਅਸਲੀ ਖਾਸ ਆ, ਬਹੁਤ ਸਭ ਤੋਂ ਖਾਸ ਜਿਹਦਾ ਵਿਆਹ ਹੁੰਦਾ, ਓਬਵੀਅਸਲੀ ਉਹਦੀ ਕੋਸਟਿੰਗ ਹਾਈ ਜਾਊਗੀ। 25,000 ਤੋਂ ਬੇਸਿਕ ਪ੍ਰਾਈਸ ਸ਼ੁਰੂ ਹੋ ਜਾਂਦਾ, ਅਪ ਟੂ 2 lakh, 3 lakh, 4 lakh, ਜਿੰਨਾ ਆਪਾਂ ਲਾਉਣਾ ਚਾਹੁੰਦੇ ਹਾਂ, ਡਿਪੈਂਡ ਅਸੀਂ ਕਿਹੜੇ ਡਿਜ਼ਾਈਨਰ ਤੋਂ ਸਟਿਚ ਕਰਵਾਉਣੀ ਚਾਹੁੰਦੇ ਹਾਂ ਆਪਣੀ ਸ਼ੇਰਵਾਨੀ। ਜਿਸ ਗੱਲ ਕਰੀਏ ਅਚਕਨ ਦੀ, ਉਹਦੀ ਬੇਸਿਕ ਕੋਸਟ ਸ਼ੁਰੂ ਹੋ ਜਾਂਦੀ ਹੈ 20,000 ਤੋਂ। ਲਓ ਜੀ, ਇੰਨੀ ਡਿਟੇਲ ਵਿੱਚ ਗੱਲ ਕਰਨ ਤੋਂ ਬਾਅਦ, ਸ਼ੇਰਵਾਨੀ ਅਤੇ ਅਚਕਨ ਦੇ ਡਿਫਰੈਂਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਚਕਨ ਅਤੇ ਬੰਦ ਗਲਾ ਦੇ ਡਿਫਰੈਂਸ ਦੇ ਬਾਰੇ। ਦੇਖਣ ਨੂੰ ਦੋਵੇਂ ਸਿਮਿਲਰ ਨੇ ਬਟ ਬਹੁਤ ਫਰਕ ਆ। ਬਾਏ ਦਾ ਵੇ, ਅਸੀਂ ਬੰਦ ਗਲਾ ਨੂੰ ਜੋਧਪੁਰੀ ਸੂਟ ਵੀ ਕਹਿੰਦੇ ਹਾਂ। ਹਾਂਜੀ, ਬੰਦ ਗਲਾ ਸੂਟ ਨੂੰ ਅਸੀਂ ਜੋਧਪੁਰੀ ਸੂਟ ਵੀ ਕਹਿੰਦੇ ਹਾਂ। ਸੋ ਤੁਹਾਨੂੰ ਕੋਈ ਬੰਦਾ ਕਵੇ ਜੋਧਪੁਰੀ ਜਾਂ ਬੰਦ ਗਲਾ, ਉਹ ਇੱਕੋ ਚੀਜ਼ ਹੀ ਆ। ਆਪਾਂ ਹੁਣ ਗੱਲ ਕਰਦੇ ਹਾਂ ਅਚਕਨ ਅਤੇ ਬੰਦ ਗਲਾ ਦੇ ਡਿਫਰੈਂਸ ਦੇ ਬਾਰੇ। ਸਭ ਤੋਂ ਪਹਿਲਾਂ ਆਈ ਵਾਂਟ ਤੁਸੀਂ ਕੰਪੈਰੀਜ਼ਨ ਆਪ ਕਰੋ ਅਤੇ ਡਿਫਰੈਂਸ ਖੁਦ ਨੋਟਿਸ ਕਰੋ। ਆਹ ਹੈ ਪਿਕਚਰ ਆਫ ਅਚਕਨ ਅਤੇ ਆਹ ਹੈ ਪਿਕਚਰ ਆਫ ਬੰਦ ਗਲਾ। ਡਿਫਰੈਂਸ ਨੋਟਿਸ ਕਰ ਪਾ ਰਹੇ ਹੋ? ਸਿਰਫ ਫਰਕ ਕਿੱਥੇ ਆ? ਫਰੰਟ ਲੈਂਥ ਦਾ, ਦੈਟਸ ਇਟ। ਬਾਕੀ ਸਭ ਕੁਝ ਸੇਮ ਆ, ਆਰਮਸ ਬਿਲਕੁਲ ਸੇਮ ਨੇ, ਡਿਜ਼ਾਈਨ ਵੀ ਬਿਲਕੁਲ ਸੇਮ ਆ, ਸਿਰਫ ਫਰੰਟ ਲੈਂਥ ਦਾ ਫਰਕ ਆ। ਜੀ ਹਾਂ, ਅਚਕਨ ਦੀ ਲੈਂਥ ਹਮੇਸ਼ਾ ਆਪਣੇ ਨੀਜ਼ ਜਾਂ ਨੀਜ਼ ਤੋਂ ਹਲਕੇ ਜਿਹੀ ਉੱਪਰ ਹੋਗੀ, ਬਟ ਜੇ ਅਸੀਂ ਗੱਲ ਕਰੀਏ ਬੰਦ ਗਲਾ ਜੋਧਪੁਰੀ ਜੈਕਟ ਦੀ, ਸੂਟ ਦੀ, ਤਾਂ ਹਮੇਸ਼ਾ ਉਹਦੀ ਲੈਂਥ ਹੁੰਦੀ ਆ ਆਪਣੇ ਕੋਟ ਦੀ ਲੈਂਥ ਦੇ ਬਰਾਬਰ। ਜਿਵੇਂ ਆਪਾਂ ਨੋਰਮਲੀ ਸੂਟ ਵੇਅਰ ਕਰਦੇ ਹਾਂ, ਬਲੇਜ਼ਰ ਵੇਅਰ ਕਰਦੇ ਹਾਂ, ਬਸ ਉਹ ਲੈਂਥ ਦਾ ਹੋਊਗਾ ਹਮੇਸ਼ਾ ਆਪਣਾ ਬੰਦ ਗਲਾ। ਬਾਕੀ ਸਭ ਕੁਝ ਸੇਮ ਆ, ਉਵੇਂ ਪਲੇਨ ਹੋਊਗਾ। ਮਾਰਕੀਟ ਵਿੱਚ ਵੈਸੇ ਬਹੁਤ ਸਾਰੇ ਅੱਜ ਕੱਲ੍ਹ ਪ੍ਰਿੰਟਡ ਵੀ ਚੱਲਣ ਲੱਗ ਪਏ ਨੇ, ਐਮਬਰਾਇਡਰੀ ਵੀ ਚੱਲਣ ਲੱਗ ਪਈ ਹੈ, ਬਟ ਮੈਂ ਤੁਹਾਨੂੰ ਸੁਜੈਸਟ ਵਾਰ ਵਾਰ ਇਹ ਕਰੂੰਗਾ ਕਿ ਹਮੇਸ਼ਾ ਪਲੇਨ ਚੂਜ਼ ਕਰੋ। ਤੁਸੀਂ ਜੇ ਸਪੈਸ਼ਲੀ ਪੱਗ ਬੰਨਦੇ ਹੋ ਤਾਂ ਜ਼ਰੂਰ ਪਲੇਨ ਹੀ ਚੂਜ਼ ਕਰੋ, ਕੋਈ ਐਮਬਰਾਇਡਰੀ ਪ੍ਰਿੰਟਡ ਚੂਜ਼ ਨਾ ਕਰੋ। ਇੱਕ ਵਾਰੀ ਪੈਣੀ ਆ, ਦੁਬਾਰਾ ਫਿਰ ਮੁੜ ਕੇ ਨਹੀਂ ਪੈਣੀ ਹੈਗੀ ਉਹ। ਪੁਆਇੰਟ ਨੰਬਰ 2, ਜੇ ਅਸੀਂ ਕਰਨਾ ਚਾਹੁੰਦੇ ਹਾਂ ਸਟਾਈਲ ਦੋਵਾਂ ਚੀਜ਼ਾਂ ਨੂੰ, ਤਾਂ ਅਸੀਂ ਕਿੱਥੇ ਖਾਸ ਧਿਆਨ ਰੱਖਣਾ? ਜਿਹੜਾ ਅਚਕਨ ਆ ਅਸੀਂ ਉਹਨੂੰ ਪੈਂਟਸ ਨਾਲ ਜਾਂ ਪਜਾਮੀ ਨਾਲ ਵੇਅਰ ਕਰ ਸਕਦੇ ਹਾਂ। ਜੇ ਅਸੀਂ ਗੱਲ ਕਰੀਏ ਬੰਦ ਗਲਾ ਦੀ, ਹਮੇਸ਼ਾ ਅਸੀਂ ਉਹਨੂੰ ਟਰਾਊਜ਼ਰਸ ਨਾਲ, ਪੈਂਟਸ ਨਾਲ ਹੀ ਵੇਅਰ ਕਰਾਂਗੇ, ਕੋਈ ਹੋਰ ਚੀਜ਼ ਨਾਲ ਨਹੀਂ। ਕੋਈ ਥੱਲੇ ਪਜਾਮੀ ਨਹੀਂ ਆਊਗੀ, ਕੋਈ ਥੱਲੇ ਧੋਤੀ ਨਹੀਂ ਆਊਗੀ, ਸਿਰਫ ਅਤੇ ਸਿਰਫ ਪੈਂਟਸ ਟਰਾਊਜ਼ਰਸ ਹੀ ਆਉਣਗੀਆਂ ਇਹਦੇ ਨਾਲ। ਇਹ ਵੀ ਇੱਕ ਡਿਫਰੈਂਸ ਹੈਗਾ, ਕਿਉਂਕਿ ਆਪਾਂ ਗੱਲ ਕੀਤੀ ਪਹਿਲਾਂ ਲੈਂਥ ਬਾਰੇ, ਤਾਂ ਓਬਵੀਅਸਲੀ ਲੈਂਥ ਘਟਣ ਦੇ ਨਾਲ ਬੰਦ ਗਲਾਂ ਦੀ ਕੋਸਟਿੰਗ ਘੱਟ ਜਾਂਦੀ ਹੈ, ਯਾਨੀ ਕਿ ਇੱਕ ਸੂਟ ਦੇ ਬਰਾਬਰ ਆ ਜਾਂਦੀ ਆ। 20,000 ਦੇ ਅਚਕਨ ਅਤੇ 12,000 ਦਾ ਬੰਦ ਗਲਾ, ਇਹ ਕੋਸਟਿੰਗ ਦਾ ਡਿਫਰੈਂਸ ਹੁੰਦਾ। ਇੱਕ ਆਪਾਂ ਸੂਟ ਸਟਿਚ ਕਰਵਾਉਂਦੇ ਹਾਂ ਮਾਰਕੀਟ 'ਚੋਂ, ਡਬਲ ਬ੍ਰੈਸਟਡ ਜਾਂ 3-piece ਸੂਟ, ਜਿਹੜੀ ਉਹਦੀ ਕੋਸਟਿੰਗ ਹੁੰਦੀ ਹੈ 12,000, 15,000, ਜਿਹੜੀ ਬੇਸਿਕ ਕੋਸਟਿੰਗ ਆ, ਉਸੇ ਕੋਸਟਿੰਗ ਦੇ ਬਰਾਬਰ ਹੁੰਦਾ ਆਪਣਾ ਬੰਦ ਗਲਾ ਸੂਟ। ਪੁਆਇੰਟ ਨੰਬਰ 3, ਇਹ ਵੀ ਬਹੁਤ ਜ਼ਰੂਰੀ ਪੁਆਇੰਟ ਆ। ਮੰਨ ਲਓ ਜੇ ਤੁਹਾਡਾ ਵਿਆਹ ਆ, ਤੁਸੀਂ ਕੁਛ ਵੇਅਰ ਕਰਨਾ ਚਾਹੁੰਦੇ ਹੋ, ਤੁਸੀਂ ਕਹਿੰਦੇ ਹੋ ਕਿ ਯਾਰ ਮੈਂ ਵਿਆਹ 'ਤੇ ਕਰੂੰਗਾ ਵੇਅਰ ਸ਼ੇਰਵਾਨੀ, ਮੈਂ ਆਪਣੇ ਇੰਗੇਜਮੈਂਟ 'ਤੇ ਕਰੂੰਗਾ ਵੇਅਰ ਬੰਦ ਗਲਾ, ਅਤੇ ਮੈਂ ਆਪਣੀ ਰਿਸੈਪਸ਼ਨ 'ਤੇ ਵੇਅਰ ਕਰੂੰਗਾ ਅਚਕਨ, ਤੁਸੀਂ ਇੱਦਾਂ ਵੀ ਟਰਾਈ ਕਰ ਸਕਦੇ ਹੋ। ਤੁਸੀਂ ਜੇ ਕੋਈ ਸੂਟ ਕਿਤੇ ਐਡਜਸਟ ਕਰਨਾ, ਯੂ ਕੈਨ, ਬਟ ਇਹ ਵੀ ਆਪਣੇ ਕੋਲ ਆਪਸ਼ਨਸ ਹੁੰਦੇ ਨੇ। ਸੋ ਇੱਕ ਨੋਰਮਲ ਕੁਐਸਚਨ ਹੁੰਦਾ ਕਿ ਭਾਅ ਜੀ ਮੈਂ ਕੀ ਵੇਅਰ ਕਰਾਂ ਵਿਦਆਊਟ ਸੂਟ, ਮੈਂ ਸੂਟ ਵੇਅਰ ਕਰਨਾ ਨਹੀਂ ਚਾਹੁੰਦਾ ਹੈਗਾ, ਕਿਉਂਕਿ ਆਪਸ਼ਨਸ ਕੀ ਨੇ, ਤੁਸੀਂ ਆਪਣੀ ਇੰਗੇਜਮੈਂਟ 'ਤੇ ਜਾਂ ਰੋਕੇ 'ਤੇ ਵੇਅਰ ਕਰੋ ਬੰਦ ਗਲਾ, ਤੁਸੀਂ ਫਿਰ ਇੱਥੇ ਵੇਅਰ ਕਰੋਗੇ ਆਪਣੇ ਵਿਆਹ 'ਤੇ ਸ਼ੇਰਵਾਨੀ, ਤੁਸੀਂ ਰਿਸੈਪਸ਼ਨ 'ਤੇ ਜਾਂ ਅਚਕਨ ਜਾਂ ਫਿਰ ਟਕਸੀਡੋ ਸੂਟ ਸਵਾਓਗੇ। ਆ ਵੈਸੇ ਆਪਾਂ ਸੂਟਸ ਬਾਰੇ ਸੈਪਰੇਟਲੀ ਵੀਡੀਓ ਲੈ ਕੇ ਆਵਾਂਗੇ, ਬਟ ਯੈਸ, ਤੁਹਾਡੇ ਕੋਲ ਉੱਥੇ ਆਪਸ਼ਨ ਹੈ, ਤੁਸੀਂ ਅਚਕਨ ਜਾਂ ਤੁਸੀਂ ਇੱਕ ਟਕਸੀਡੋ ਵੇਅਰ ਕਰੋਗੇ ਔਨ ਯੋਰ ਰਿਸੈਪਸ਼ਨ ਪਾਰਟੀ, ਤਾਂ ਬਹੁਤ ਘੈਂਟ ਲੁੱਕ ਆਊਗੀ। ਨੈਕਸਟ ਅਸੀਂ ਆਊਟਫਿਟ ਕੰਪੈਰੀਜ਼ਨ ਕਰਨ ਜਾ ਰਹੇ ਹਾਂ, ਬੰਦ ਗਲਾ ਸੂਟ
एंड नैरू जैकेट। आ वेखो जी, पहले तुसी पिक्चर्स नू कंपेयर करो, बिकॉज आई रियली वॉन्ट तुसी जिन्ना नोटिस पहले आप करोगे ना, तुसी ओना ही डिफरेंस फील करोगे, तुसी ओना ही सीखोगे इस चीज़ तो। आ है जी कंपेरिजन बिटवीन बंद गला सूट एंड नैरू जैकेट। एक बड़ा मेजर डिफरेंस है विच की है आर्म्स का। जिहड़ी नैरू जैकेट है वह हमेशा स्लीवलैस होगी, नो आर्म्स, सिर्फ बॉडी टॉर्सो स्ट्रक्चर होगा। जो आप गल करिए बंद गला की, हमेशा उस फुल स्लीव लेंथ आर्म होगी। बस यही डिफरेंस आ। वो थोड़ी इच्छा तुम की स्टाइल या की स्टेटमेंट क्रिएट करना चाहते हो। नैरू जैकेट तुम डिफरेंट डिफरेंट पॉकेट्स लवा सकते हो, पैच पॉकेट्स, फ्लैप पॉकेट्स, बट अज असं गल कर रहे हैं सिर्फ स्ट्रक्चर के बारे। तो वो कंपेरिजन के बेसिस से आप देखिया कि नैरू जैकेट हमेशा स्लीवलैस होगी, कोई आर्म्स नहीं होनगियां, तो बंद गला विच हमेशा फुल स्लीव्स आम होणगे। नाउ ऑबवियस जी गल है, जे आपां आर्म्स नहीं रखियां, अपने कपड़ा भी घट लगेगा, उसकी कॉस्टिंग भी लो आ जूगी। तो अपनी कॉस्टिंग शुरू होंदी है एक नैरू जैकेट की फ्रॉम 5,000। मैं गल कर रहा एक एवरेज कॉस्ट की, बहुत थले की गल नहीं कर रहा, ना ही बहुत उत्ते दी। एक एवरेज कॉस्ट की होंदी है 5,000 तो 6,000 या 7,000 ये शुरू होंदी है अपनी एक नैरू जैकेट। सब तो वड्डा फायदा पता की है नैरू जैकेट का, कि असीं रेगूलर बेसिस पर वेयर कर सकते हैं। बहुत ईजी गल है, मैं खुद वेयर की हुई है, तो मैं बड़ी बारी वेयर करता हूँ किसी भी फंक्शन में जाना होंगे ना, मैं कुर्ते पजामे दे नाल या पेंट शर्ट दे नाल, ईवन टी शर्ट दे नाल, ईवन टर्टलनेक स्वेटर दे नाल, यानी कि तुम कि चीज़ में करना चाहते हो, वेयर पेयर अप लेयर अप, तुम इनू कर सकते हो बड़ी ईजली। बट इतने असं क्योंकि गल कर रहे हैं वैडिंग आउटफिट्स की, मैं तुम्हें सुजैसट यही करूँगा तुम हमेशा जागो फंक्शन या हल्दी फंक्शन पर वेयर करो नैरू जैकेट न कुर्ते पजामे दे नाल। तुहाडे कोल ऑप्शन इतने एक होर आ जाता, कुर्ता पजामा या पठानी सूट, दोवें डिफरेंस की है। पहले तुम खुद अगेन पिक्चर्स में देखो, कंपेरिजन करो, आज कुर्ता पजामा तो आ पठानी सूट, डिफरेंस नोटिस कर पा रहे हो? आ है डिफरेंस। हमेशा पठानी सूट एक पाकिस्तानी स्टाइल लुक दूगा, तुम्हें थोड़ी जी लूज फिट होगी, थोड़ा जहा लगेगा भी जिम्मे हैवी आ, राइट। अजकल वैसे की ट्रेंड आ गया कि असी पठानी सूट की जी सलवार होंगी उन्होंने असी पैंट स्टाइल करन लग गए, यानी कि जी हैवीनैस आ, जो झोला हों थले बनया हुआ उन्होंने असी थोड़ा घटा के असी थोड़ा जहा पैंट स्टाइल करता, यानी कि सिंगल वट पऊ उत्ते, लगेगी सलवार टाइप ही, बट होगी वो पैंट्स। इनू बनना एंड वेयर करना बड़ा ईजी हो जाता जो आप गल करिए स्टाइल पैंट्स वाली गल च, बट असं जे गल करिए नाला प्रॉपरली पवा के सलवार बननी है, थोड़ा मेजर डिफिकल्ट टास्क है, हर कोई बंदा प्रैफर एंड कैरी कर नहीं पाँगा बिकॉज फिर बहुत हैवी हो जाती है। सो आई विल रिकमेंड यू गाइज, तुम हमेशा एक पैंट स्टाइल में स्टिच करवाओ। नाउ अगेन जो गल करिए लेंथ की, पठानी की लेंथ हमेशा नीज या बिलो नीज तक होगी, बट असं गल करिए कुर्ते पजामे की, हमेशा वो लेंथ अपने नीज तक होगी। ऑब्वियसली दोनों को कंपेयर करोगे देखोगे कि डिफरेंस लग रहा है पठानी में ते अपने कुर्ते पजामे में। वो थोड़ी अपनी चॉइस, थोड़ी अपनी इच्छा, तुसी की वेयर करना चाहते हो अपने फंक्शंस ते। मैं तुम्हें सुजैसट यही करूँगा कि तुसी दोवें स्टिच करवा लो, एक कुर्ता पजामा एक पठानी सूट, डिफरेंट डिफरेंट ओकेजनस से तुसी रेगुलरली इनू वेयर कर सकते हो। नाउ जे आपां दी गल कर रहे हैं प्राइस की, यदि एक एवरेज प्राइस वैल्यू मार्केट में होंगी आ 3,000, 4,000, 5,000, डिपेंड करूगा असी किन्ना क फैब्रिक वधिया क्वालिटी दे चूज़ करते हैं, किहड़ी कंपनी दा फैब्रिक चूज़ कर रहे हैं, की तो स्टिच करवा रहे हैं। सो जी ये अपनी अज की कंप्लीट वीडियो तुम इंजॉय की होनी, जो कोई पॉइंट रह गया होना आप नैक्सट वीडियो कवर करा डेफिनेटली। मेक श्योर यू गाइज सबसक्राइब माई चैनल राइट नाउ, क्योंकि आप हम बैक टू बैक वीडियोज़ लैके आ रहे हैं एवरी वीक, एंड असं स्पैशली वीडियोज़ लैके आवेंगे हूँ वैडिंग आउटफिट्स उत्ते, बिकॉज वह एक बड़ी एक्सपेंसिव फंक्शन होंगे, तो आप चीज़ा लेनिया होंगे ने एक बारी, तो आप बड़े ध्यान चूज़ करिए, शॉप स्मार्टली एंड बी ए स्मार्ट कस्टमर एंड बी ए स्मार्ट सबसक्राइबर। मेरी वीडियोज़ देखना ना भुल्यो। सत श्री अकाल।